ਸਤਿ ਸ਼੍ਰੀ ਅਕਾਲ ਜੀ, ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਅੱਜ ਹੈਗਾ ਜੀ ਦਿਨ ਐਤਵਾਰ। ਇਹ ਵਲੌਗ ਉਸ ਦਿਨ ਦਾ ਹੈ ਜਿਸ ਦਿਨ ਸੀ ਅਸ਼ਟਮੀ। ਅਤੇ ਸਭ ਤੋਂ ਪਹਿਲਾਂ ਜੀ ਅਸ਼ਟਮੀ ਦੀਆਂ ਸਭ ਨੂੰ ਵਧਾਈਆਂ ਅਤੇ ਮਾਤਾ ਸਭ ਨੂੰ ਤੰਦਰੁਸਤੀਆਂ ਦੇਵੇ, ਸਭ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਰਹੇ, ਇਹੀ ਆਪਾਂ ਦੁਆ ਕਰਦੇ ਹਾਂ। ਅਤੇ ਹਾਂਜੀ, ਸਵੇਰੇ ਸਵੇਰੇ ਮੈਂ ਲੱਗੀ ਹੋਈ ਸੀਗੀ ਪਾਣੀ ਗਰਮ ਕਰਨ ਵਾਸਤੇ, ਕਿਉਂਕਿ ਹੁਣ ਮੌਸਮ ਦਾ ਕਾਫੀ ਫਰਕ ਪੈ ਗਿਆ ਤਾਂ ਕੱਪੜੇ ਧੋਣ ਵਾਸਤੇ, ਭਾਂਡੇ ਧੋਣ ਵਾਸਤੇ, ਨਹਾਉਣ ਵਾਸਤੇ ਹੁਣ ਗਰਮ ਪਾਣੀ ਦੀ ਹੀ ਜ਼ਰੂਰਤ ਪੈਂਦੀ ਆ। ਅਤੇ ਇਸ ਕਰਕੇ ਮੈਂ ਕਰ ਰਹੀ ਸੀ ਪਾਣੀ ਗਰਮ। ਅਤੇ ਸਵੇਰੇ ਸਵੇਰੇ ਅਸੀਂ ਪਾਣੀ ਗਰਮ ਕਰ ਲਈਦਾ, ਕਿਉਂਕਿ ਫਿਰ ਇੱਥੇ ਆ ਜਾਂਦੀ ਹੈ ਧੁੱਪ, ਅਤੇ ਕੁਛ ਮੈਂ ਕਰ ਦੂੰਗੀ ਅਤੇ ਕੁਛ ਕਰ ਦੇਣਗੇ ਮੰਮੀ, ਫਿਰ ਸਾਰਾ ਦਿਨ ਸਾਨੂੰ ਪਾਣੀ ਗਰਮ ਦੀ ਜ਼ਰੂਰਤ ਨਹੀਂ ਪੈਂਦੀ, ਬਹੁਤ ਹੀ ਵਧੀਆ ਰਹਿੰਦਾ ਆ। ਚਲੋ ਜੀ, ਐਤਕੀ ਸਾਡੇ ਹਮਾਮ ਵੀ ਨਵਾਂ ਲੱਗ ਗਿਆ ਅਤੇ ਵਧੀਆ ਆ, ਹੁਣ ਇਹ ਕਈ ਚਿਰ ਨਿਕਲ ਜੂਗਾ, ਜ਼ਰੂਰਤ ਨਹੀਂ ਪੈਣੀ ਹੋਰ ਲਾਉਣ ਦੀ। ਅਤੇ ਇੱਧਰ ਜਿਹੜਾ ਤੰਦੂਰ ਹੈ ਉਹ ਵੀ ਹੁਣ ਬਸ ਚੱਕਣਾ ਹੀ ਹੈ, ਅਤੇ ਬਸ ਕਿਉਂਕਿ ਇਹ ਹੁਣ ਤੰਦੂਰ 'ਤੇ ਅਸੀਂ ਫੁਲਕੇ ਬਣਾਉਂਦੇ ਨਹੀਂ ਗੇ, ਹੁਣ ਮੌਸਮ ਜਿਹਾ ਫਰਕ ਜਿਹਾ ਪੈ ਗਿਆ। ਅਤੇ ਇਸ ਤੋਂ ਬਾਅਦ ਮੈਂ ਪਾਉਣੀ ਹੈ ਮਸ਼ੀਨ 'ਚ ਕੱਪੜੇ। ਜਾ ਗਿਆ ਸਾਗ, ਅਤੇ ਮੰਮੀ ਕਰ ਰਹੀ ਹੈ ਸਹੀ ਸਾਗ। ਇੱਧਰ ਸਮਾਨਾ ਵੀ ਸਾਰਾ, ਮਸ਼ੀਨ ਬਾਲਟੀ ਸਭ ਇਕੱਠਾ ਕਰਤਾ। ਸਰ੍ਹਾਂ ਦਾ ਸਾਗ ਵਧੀਆ ਬਣੂਗਾ ਨਾ? ਵੈਸੇ ਅੱਗੇ ਆਪਾਂ ਲਿਆਉਂਦੇ ਸੀ, ਪਹਿਲਾਂ ਬਹੁਤ ਵਧੀਆ ਬਣਦਾ ਸੀਗਾ। ਅੱਜ ਕੀ ਲਾਉਣਾ ਨਵਾਂ? ਚੜਨ ਕੇ ਸੋਨਾ, ਚੜਨ ਕੇ ਚਾਂਦੀ। ਉਸ ਉਹ ਜਿਹੜਾ ਗਮਲਾ ਵਿਹਲਾ ਹੋਇਆ ਉਸ ਵਿੱਚ ਲਾਉਣਾ ਨਾ। ਉੱਥੇ ਥੈਲੀਆਂ ਵੀ ਆਹ ਵਾਲੀਆਂ ਜਿਹੜੀਆਂ ਲਿਆਂਦੇ ਸੀਗੇ ਬੱਗੂ ਕੁਛ, ਅਤੇ ਉਹ ਵਾਲੀਆਂ ਥੈਲੀਆਂ ਵਿਹਲੀਆਂ ਹੋਈਆਂ, ਉਹ ਮੈਂ ਵਿੱਚ ਲਾਉਣਾ। ਸਾਰਾ ਮਟੀਰੀਅਲ ਕਰ ਲਏ ਤਿਆਰ, ਦੇਖਦੇ ਹਾਂ ਕੀ ਲੱਗਦਾ ਅੱਜ। ਲਾਲ ਮਿਰਚਾਂ ਕੱਢ ਲਈਆਂ ਸਾਗ 'ਚ ਪਾਉਣ ਵਾਸਤੇ, ਸਾਬਤੀਆਂ ਮਿਰਚਾਂ, ਬਹੁਤ ਹੀ ਵਧੀਆ ਟੇਸਟ ਬਣਦਾ ਇਹਦੇ ਨਾਲ। ਪਾਲਕ ਤੋੜ ਲਏ ਘਰੋਂ, ਅਤੇ ਪਾਲਕ ਤਾਂ ਥੋੜ੍ਹੀ ਜਿਹੀ ਤੋੜੀ ਹਜੇ। ਪਾਲਕ ਚੀਰਤੀ ਮੈਂ, ਅੱਛਾ ਚੀਰਤੀ ਕੇ? ਹਾਂ, ਇੱਕ ਚੀਰ ਨੂੰ ਚੀਰਤੀ। ਵਧੀਆ, ਇੰਨਾ ਕੁ ਫਿਰ ਵਧੀਆ ਬਣ ਜੂਗਾ, ਸਵਾਦ ਬਣੂਗਾ ਸਾਗ। ਹਜੇ ਲੈਣ ਗਿਆ ਤੋੜੀ ਜਾਂਦਾ। ਅੱਛਾ, ਪਾਲਕ 'ਚ ਹੋ ਗਈ ਆ ਪਾਲਕ, ਅਤੇ ਅੱਜ ਤੋੜ ਰਹੇ ਹਾਂ ਸਾਗ 'ਚ ਪਾਉਣ ਵਾਸਤੇ। ਮੈਂ ਬਣਾ ਰਹੀ ਹਾਂ ਫੁਲਕੇ ਹੁਣ, ਅਤੇ ਅੱਜ ਬਣੂਗਾ ਸਾਗ ਬਹੁਤ ਸਵਾਦ। ਪੁੱਠੇ ਤਿਆਰ ਹੋ ਰਹੇ ਆ, ਵਧੀਆ ਖੁਸ਼ ਹੋ ਕੇ ਖਾਣਗੀ, ਦਾਣਾ ਖਾ ਖਾ ਕੇ ਅੱਕ ਗਈਆਂ ਕਈ ਦਿਨਾਂ ਦਾ। ਲਓ ਜੀ, ਮੰਮੀ ਹੁਣ ਕੱਟ ਰਹੇ ਆ ਸਾਗ। ਜਿਸ ਦਿਨ ਘਰ ਸਾਗ ਬਣਦਾ ਉਸ ਦਿਨ ਪੂਰੇ ਘਰ 'ਚ ਪਤਾ ਲੱਗ ਜਾਂਦਾ ਵੀ ਅੱਜ ਸਾਗ ਬਣ ਰਿਹਾ ਆ, ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਵੀ ਛੇਤੀ ਧਰੀਏ, ਟਾਈਮ ਸਿਰ ਧਰਾਂਗੇ ਤਾਂ ਰਿੱਝ ਰਿੱਝ ਕੇ ਉਨਾ ਹੀ ਵਧੀਆ ਸਵਾਦ ਬਣੂਗਾ ਸਾਗ। ਅਤੇ ਦੂਸਰਾ ਇਹ ਹੁੰਦਾ ਕਿ ਜਦੋਂ ਸਾਗ ਨੂੰ ਸਾਫ਼ ਕਰਦੇ ਆ ਉਦੋਂ ਵਿਹੜੇ ਵਿੱਚ ਪੂਰੇ ਪੱਤੇ ਖਿਲਰ ਜਾਂਦੇ ਆ, ਕੋਈ ਮੰਜੇ 'ਤੇ, ਕੋਈ ਥੱਲੇ, ਕੋਈ ਫਰਸ਼ 'ਤੇ, ਅਤੇ ਅੱਜ ਸਾਡੇ ਵੀ ਉਹੀ ਹਾਲ ਸੀਗਾ। ਅਤੇ ਤੀਸਰਾ ਇਹ ਹੈ ਵੀ ਜਦੋਂ ਸਾਗ ਦੇ ਪੱਤੇ ਕੁਤਰ ਕੇ ਪਸ਼ੂਆਂ ਕੋਲ ਜਾਂਦੇ ਆ ਅਤੇ ਪਸ਼ੂਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਅੱਜ ਸਾਗ ਬਣ ਰਿਹਾ ਆ, ਪੱਤੇ ਸਾਡੇ ਕੋਲ ਆਏ ਆ। ਅਤੇ ਹਾਂਜੀ, ਇਸ ਤੋਂ ਇਲਾਵਾ ਜਦੋਂ ਘੋਟਦੇ ਹਾਂ ਅਤੇ ਉਦੋਂ ਹੁੰਦਾ ਮੱਧਨੀ ਦਾ ਖੜਕਾ ਅਤੇ ਸਾਗ ਦੀ ਖੁਸ਼ਬੂ ਆਉਂਦੀ ਆ, ਅਤੇ ਇਸ ਤੋਂ ਬਾਅਦ ਆਂਢ ਗੁਆਂਢ ਨੂੰ ਪਤਾ ਲੱਗ ਜਾਂਦਾ ਵੀ ਅੱਜ ਸਾਗ ਬਣ ਰਿਹਾ। ਅਤੇ ਇਸ ਕਰਕੇ ਜਿੱਦਣ ਸਾਗ ਬਣਦਾ ਨਾ ਉਦਣ ਪੂਰਾ ਦਿਨ ਹੀ ਸਾਗ ਸਾਗ ਹੀ ਹੋਈ ਜਾਂਦਾ ਵੀ ਸਾਗ ਦੇਖ ਲਿਓ, ਅੱਗ ਤਾਂ ਨਹੀਂ ਘੱਟ ਗਈ, ਵਧੀਆ ਬਣ ਗਈ, ਅਤੇ ਸਾਗ ਅੱਜ ਸਵਾਦ ਬਣੂਗਾ। ਪੂਰੀ ਮਿਹਨਤ ਕਰਨੀ ਪੈਂਦੀ ਹੈ, ਸਾਰਾ ਦਿਨ ਹੀ ਨਿਕਲ ਜਾਂਦਾ ਸਾਗ ਦੇ ਵਿੱਚ। ਅਤੇ ਮੈਂ ਇੱਥੇ ਜਿਹੜੇ ਮੰਮੀ ਨੇ ਕੁਤਰਤੇ ਸੀ ਪਸ਼ੂਆਂ ਵਾਸਤੇ, ਮੈਂ ਪਾ ਰਹੀ ਸੀਗੀ ਬੱਠਲ ਦੇ ਵਿੱਚ, ਅਤੇ ਇੱਥੇ ਜਿਹੜਾ ਖਲਾਰਾ ਪਿਆ ਹੁਣ ਉਹ ਵੀ ਚੱਕਣਾ, ਅਤੇ ਜਿਹੜੀ ਮਸ਼ੀਨ ਹੈ ਉਹ ਵੀ ਧੋਣੀ ਹੈ। ਮਸ਼ੀਨ ਨੂੰ ਵੀ ਪਤਾ ਲੱਗ ਗਿਆ ਵੀ ਅੱਜ ਮੇਰੀ ਜ਼ਰੂਰਤ ਪੈ ਗਈ, ਅਤੇ ਸਾਗ ਬਣ ਰਿਹਾ। ਅਤੇ ਇੱਥੇ ਹੁਣ ਮੈਂ ਲਾ ਰਹੀ ਸੀਗੀ ਸਾਗ ਦਾ ਤੜਕਾ, ਕਿਉਂਕਿ ਸਾਗ ਬਣ ਕੇ ਹੋ ਗਿਆ ਸੀ ਤਿਆਰ, ਅਤੇ ਮੰਮੀ ਨੇ ਆਲਣ ਪਾ ਕੇ ਘੋਟਤਾ ਸੀਗਾ, ਬਸ ਮੈਂ ਤੜਕਾ ਹੀ ਲਾਉਣਾ ਸੀ ਜੋ ਕਿ ਮੰਮੀ ਨੇ ਕੱਟਤਾ ਸੀਗਾ, ਅਤੇ ਲਾਲ ਮਿਰਚਾਂ ਵਗੈਰਾ ਅਸੀਂ ਵਿੱਚ ਪਾਈ ਦਿੱਤੀਆਂ ਸੀਗੀਆਂ। ਸਾਗ ਵਧੀਆ ਤਿਆਰ ਹੋ ਗਿਆ, ਅਤੇ ਹੁਣ ਹੋ ਗਈ ਸੀ ਬਿਲਕੁਲ ਸ਼ਾਮ ਦਾ ਟਾਈਮ, ਅਤੇ ਇੱਥੇ ਮੈਂ ਹੁਣ ਅਸ਼ਟਮੀ ਮੱਥਾ ਟੇਕਣ ਵਾਸਤੇ ਤਿਆਰੀ ਕਰ ਰਹੀ ਸੀਗੀ, ਜਿਸ ਵਾਸਤੇ ਮੈਂ ਦੇਗ ਬਣਾ ਲਈ ਸੀਗੀ। ਅਤੇ ਹੁਣ ਮੈਂ ਬਣਾ ਰਹੀ ਸੀ ਆਟੇ ਦਾ ਦੀਵਾ। ਅਤੇ ਵੈਸੇ ਇਹ ਜਿਹੜੇ ਕੰਮ ਮੰਮੀ ਕਰਦੇ ਹੁੰਦੇ ਦੀਵਾ ਬਣਾਉਣ ਦਾ, ਬੱਤੀਆਂ ਬਣਾਉਣ ਦਾ, ਪਰ ਅੱਜ ਮੰਮੀ ਨੂੰ ਫਿਰ ਜਾਣਾ ਪੈ ਗਿਆ ਸੀਗਾ ਸ਼ਾਮੀ ਜੇ ਮੇਰੇ ਨਨਾਣ ਕੋਲ, ਅਤੇ ਇਸ ਕਰਕੇ ਮੰਮੀ ਡੈਡੀ ਚਲ ਗਏ ਸੀਗੇ ਉੱਥੇ, ਅਤੇ ਮੈਂ ਦੀਵਾ ਬਣਾ ਹੀ ਲਿਆ, ਅਤੇ ਬੱਤੀਆਂ ਹਾਂ ਬਣਾਉਣ ਲੱਗੀ ਸੀਗੀ, ਕਿਉਂਕਿ ਹੁਣ ਮੈਂ ਕਦੇ ਵੱਟੀਆਂ ਹੀ ਨਹੀਂ, ਬੱਤੀਆਂ ਮੈਨੂੰ ਧਿਆਨ ਹੀ ਨਹੀਂ ਆ ਰਹੇ ਸੀ ਕਿੱਦਾਂ ਵੱਟਾਂ, ਕਿ ਬਹੁਤ ਚਿਰ ਹੋ ਗਿਆ ਮੈਂ ਕਦੇ ਵੱਟੀਆਂ ਨਹੀਂ। ਮੰਮੀ ਵੱਟਦੇ ਹੁੰਦੇ ਆ, ਦਿਵਾਲੀ ਦੀਆਂ ਬੱਤੀਆਂ ਵੀ ਮੰਮੀ ਵੱਟ ਕੇ ਰੱਖ ਦਿੰਦੇ ਹੁੰਦੇ ਆ, ਅਤੇ ਦੀਵੇ ਵਗੈਰਾ ਵੀ ਤਿਆਰ ਕਰ ਦਿੰਦੇ ਹੁੰਦੇ ਆ, ਅਤੇ ਹੁਣ ਮੈਨੂੰ ਔਖਾ ਜਿਹਾ ਲੱਗੀ ਜਾਂਦਾ ਸੀਗਾ।
ਤੇ ਰਾਜਿੰਦਰ ਹੱਸੀ ਜਾਂਦੇ ਸੀਗੇ ਕਹਿੰਦੇ ਤੈਨੂੰ ਬੱਤੀਆਂ ਨਹੀਂ ਵੱਟਣੀਆਂ ਆ ਰਹੀਆਂ ਤੇ ਚਲੋ ਮੈਂ ਜਿੱਦਾਂ ਕਰਕੇ ਬੱਤੀਆਂ ਵੱਟਤੀਆਂ ਵੈਸੇ ਹੁਣ ਤਾਂ ਦੀਵਾਲੀ ਦੇ ਜਿਹੜੀਆਂ ਰੈਡੀਮੇਡ ਬੱਤੀਆਂ ਉਹੀ ਮਿਲਣ ਲੱਗ ਗਈਆਂ ਅਤੇ ਆਹ ਜਿਹੜਾ ਦੀਵਾ ਆ ਇਸ ਵਿੱਚ ਪਾਉਣ ਵਾਸਤੇ ਤਾਂ ਥੋੜ੍ਹੀ ਜਿਹੀ ਵੱਡੀ ਬੱਤੀ ਹੀ ਵੱਟਣੀ ਸੀਗੀ ਅਤੇ ਇਸ ਕਰਕੇ ਮੇਰੇ ਕੋਲ ਥੋੜ੍ਹਾ ਸੈੱਟ ਜਿਹੇ ਨਹੀਂ ਆ ਰਹੀਆਂ ਸੀਗੀਆਂ ਅਤੇ ਮੇਰੇ ਕੋਲ ਬੱਤੀ ਡਿੱਗ ਵੀ ਪਈ ਸੀਗੀ ਮੈਂ ਕਿਹਾ ਚਲ ਮੈਂ ਵੱਟ ਕੇ ਤਾਂ ਛੱਡੂੰਗੀ ਅੱਜ ਮੱਥਾ ਤਾਂ ਟਿਕਣਾ ਹੀ ਆ ਅਤੇ ਚਲੋ ਜੀ ਐਂ ਕਰਕੇ ਹੀ ਮੈਂ ਬੱਤੀਆਂ ਵੱਟ ਲਈਆਂ ਅਤੇ ਅਸੀਂ ਵੀ ਇਸ ਤਰ੍ਹਾਂ ਬਸ ਦੇਗ ਕਰਕੇ ਅਤੇ ਜੋਤ ਜਗਾ ਕੇ ਅਤੇ ਕਣਕ ਜਿਵੇਂ ਰੱਖ ਲਈਦੀ ਚੋਗਾ ਰੱਖ ਲਈਦਾ ਆ ਅਤੇ ਘਿਓ ਦੀ ਜੋਤ ਕਰ ਦੇਈਦੀ ਆ ਅਤੇ ਦੇਗ ਰੱਖ ਲਈਦੀ ਆ ਅਤੇ ਮੱਥਾ ਟੇਕ ਦੇਈਦਾ ਜਿੱਥੇ ਅਸੀਂ ਜੋਤ ਕਰਦੇ ਹਾਂ ਉੱਥੇ ਮੱਥਾ ਟੇਕ ਦੇਈਦਾ ਉੱਥੇ ਅਸੀਂ ਮਾਤਾ ਦੀ ਜਿਹੜੀ ਫੋਟੋ ਵੀ ਰੱਖ ਰੱਖੀ ਆ ਅਤੇ ਬਾਕੀ ਕਈ ਇਸ ਦਿਨ ਕੰਜਕਾਂ ਘੁਮਾਉਂਦੇ ਆ ਜਿਵੇਂ ਜਿਹਦੀ ਸ਼ਰਧਾ ਹੁੰਦੀ ਆ ਉਹ ਮੰਨਦੇ ਆ ਸਾਡੇ ਤਾਂ ਮਤਲਬ ਜਿੱਦਾਂ ਸ਼ੁਰੂ ਤੋਂ ਮੰਨੇ ਆ ਰਹੇ ਆ ਆਪਾਂ ਉਵੇਂ ਹੀ ਮੱਥਾ ਟੇਕੀਦਾ ਆ ਅਤੇ ਲਓ ਜੀ ਹੁਣ ਮੈਂ ਰੱਖ ਰਹੀ ਸੀਗੀ ਪ੍ਰਸ਼ਾਦ ਅਤੇ ਅਸੀਂ ਜਿਹੜਾ ਇਹ ਜੋਤ ਬਣਾਈ ਆ ਇਹ ਆਟੇ ਦੀ ਇਹ ਬਾਅਦ 'ਚ ਪ੍ਰਸ਼ਾਦ ਪਾ ਕੇ ਇਹ ਅਸੀਂ ਪੇੜਾ ਬਣਾ ਕੇ ਗਾਂ ਨੂੰ ਦੇ ਦਿੱਤੀ ਆ ਅਤੇ ਪ੍ਰਸ਼ਾਦ ਹੈ ਜਿਹੜਾ ਉਹ ਅਸੀਂ ਆਪ ਪਰਿਵਾਰ ਦੇ ਵਿੱਚ ਵੰਡ ਲਈਦਾ ਸਾਰੇ ਖਾ ਲੈਂਦੇ ਆ ਅਤੇ ਅੱਜ ਮੰਮੀ ਡੈਡੀ ਹੈ ਨਹੀਂ ਸੀ ਇਸ ਕਰਕੇ ਮੈਂ ਥੋੜ੍ਹਾ ਜਿਹਾ ਬਣਾਇਆ ਸੀ ਕਿਉਂਕਿ ਸ਼ਾਮ ਦਾ ਟਾਈਮ ਹੈ ਮੈਂ ਕਿਹਾ ਫਿਰ ਜ਼ਿਆਦਾ ਕਿਸੇ ਨੇ ਖਾਣਾ ਵੀ ਨਹੀਂ ਗਾ ਜਿੰਨਾ ਕੁ ਆਪਾਂ ਮੱਥਾ ਟੇਕ ਕੇ ਅਤੇ ਪ੍ਰਸ਼ਾਦ ਲੈ ਲਈਏ ਉਨਾ ਕੁ ਬਣਾਇਆ ਸੀਗਾ ਅਤੇ ਜਿਹੜੀ ਇਹ ਚੋਗਾ ਆ ਕਣਕ ਆ ਇਹ ਅਸੀਂ ਜਿਵੇਂ ਦਾਨ ਕਰ ਦੇਈਦੀ ਆ ਜਿਵੇਂ ਦੀਵਾਲੀ 'ਤੇ ਕੋਈ ਆਉਂਦਾ ਆ ਮੰਗਤਾ ਉਹਨੂੰ ਦਾਨ ਕਰ ਦੇਈਦੀ ਆ ਇਸ ਤਰ੍ਹਾਂ ਅਸੀਂ ਮੱਥਾ ਟੇਕ ਲਈਦਾ ਲਓ ਜੀ ਹੁਣ ਆਪਣਾ ਦੀਵਾ ਵੀ ਬਣ ਗਿਆ ਸੀਗਾ ਅਤੇ ਮੈਂ ਵਿੱਚ ਪਾ ਲਿਆ ਸੀ ਘਿਓ ਅਤੇ ਬੱਤੀਆਂ ਵੀ ਬਣ ਹੀ ਗਈਆਂ ਸੀ ਜੇ ਜੇ ਮਰਜ਼ੀ ਬਣੀ ਆ ਪਰ ਵਧੀਆ ਜੋਤ ਜਗ ਗਈ ਵਧੀਆ ਅਤੇ ਲਓ ਜੀ ਹੁਣ ਮੈਂ ਇਸ ਨੂੰ ਜਗਾ ਰਹੀ ਸੀਗੀ ਅਤੇ ਇਸ ਤੋਂ ਬਾਅਦ ਮੈਂ ਟੇਕਣਾ ਮੱਥਾ ਅਜੇ ਮੈਂ ਹੋ ਤਾਂ ਲੇਟ ਹੀ ਗਈ ਸੀ ਕਿਉਂਕਿ ਮੈਂ ਟਿਊਸ਼ਨ ਪੜ੍ਹਾਉਣ ਤੋਂ ਬਾਅਦ ਧਾਰਾਂ ਕੱਢੀਆਂ ਫਿਰ ਉਸ ਤੋਂ ਬਾਅਦ ਮੈਂ ਜੋਤ ਜਗਾਈ ਸੀਗੀ ਅਤੇ ਚਲੋ ਮੈਂ ਕਿਹਾ ਜਦੋਂ ਤੱਕ ਮੇਰਾ ਕੰਮ ਨਿਬੜੂਗਾ ਉਦੋਂ ਤੱਕ ਜੋਤ ਵੱਧ ਜੂਗੀ ਔਰ ਫਿਰ ਮੈਂ ਗਾਂ ਨੂੰ ਪੇੜਾ ਦੇ ਆਉਂਗੀ ਮੇਰਾ ਕੰਮ ਤਾਂ ਜਦ ਤੱਕ ਹੋਊਗਾ ਉਦੋਂ ਤੱਕ ਠੰਡੀ ਹੋ ਹੀ ਜਾਊਗੀ ਅਤੇ ਚਲੋ ਜੀ ਹੁਣ ਮੈਂ ਇਹ ਜੋਤ ਵਾਲੀ ਥਾਲੀ ਤਿਆਰ ਕਰ ਲਈ ਸੀਗੀ ਅਤੇ ਹੁਣ ਅਸੀਂ ਮੱਥਾ ਉੱਥੇ ਟੇਕਦੇ ਹਾਂ ਸਟੋਰ ਰੂਮ ਜਿੱਥੇ ਅਸੀਂ ਜੋਤ ਲਾਉਂਦੇ ਹਾਂ ਇਹ ਸਾਡਾ ਸਟੋਰ ਰੂਮ ਹੈ ਅਤੇ ਇੱਥੇ ਅਸੀਂ ਜੋਤ ਲਾਉਂਦੇ ਹਾਂ ਅਤੇ ਇੱਥੇ ਹੀ ਆਪਾਂ ਮੱਥਾ ਟੇਕੀਦਾ ਹੁੰਦਾ ਆ ਅਤੇ ਮੈਂ ਮਨਵੀਰ ਨੂੰ ਰਾਜਿੰਦਰ ਨੂੰ ਵੀ ਕਹਿਤਾ ਸੀ ਵੀ ਤੁਸੀਂ ਵੀ ਮੱਥਾ ਟੇਕ ਲਓ ਉਸ ਤੋਂ ਬਾਅਦ ਮੈਂ ਦੇਗ ਵੰਡ ਦੂੰਗੀ ਅਤੇ ਲਓ ਜੀ ਹੁਣ ਮੈਂ ਇੱਥੇ ਮੱਥਾ ਟੇਕ ਲਿਆ ਸੀ ਸਭ ਦੀ ਸੁੱਖ ਸ਼ਾਂਤੀ ਮੰਗੀ ਘਰ ਦੀ ਸੁੱਖ ਸਮਰਧੀ ਦੀ ਕਾਮਨਾ ਕੀਤੀ ਅਤੇ ਇੱਧਰ ਅਸੀਂ ਜੋਤ ਕਰਦੇ ਹਾਂ ਜਿੱਥੇ ਦਸਾਂ ਗੁਰੂਆਂ ਦੀ ਗੁਰੂ ਗੋਬਿੰਦ ਸਿੰਘ ਦੀ ਗੁਰੂ ਨਾਨਕ ਦੇਵ ਜੀ ਦੀ ਬਾਬਾ ਬਡਭਾਗ ਸਿੰਘ ਜੀ ਦੀ ਅਤੇ ਲਛਮੀ ਮਾਤਾ ਦੀ ਇੱਥੇ ਆਪਾਂ ਤਸਵੀਰ ਰੱਖੀ ਹੋਈ ਹੈ ਅਤੇ ਗੁਟਕਾ ਸਾਹਿਬ ਰੱਖੇ ਹੋਏ ਅਤੇ ਇੱਥੇ ਆਪਾਂ ਡੇਲੀ ਜੋਤ ਕਰੀਦੀ ਆ ਅਤੇ ਇੱਥੇ ਵੀ ਮੈਂ ਹੁਣ ਜੋਤ ਕਰ ਰਹੀ ਸੀ ਮੱਥਾ ਟੇਕ ਰਹੀ ਸੀਗੀ ਅਤੇ ਇਹ ਹੀ ਹੈ ਕਿ ਰੱਬ ਸਭ ਨੂੰ ਤੰਦਰੁਸਤੀਆਂ ਦੇਵੇ ਅਤੇ ਅਸ਼ਟਮੀ ਮਾਤਾ ਜਿਹੜੀ ਹੈ ਸਭ ਨੂੰ ਇਹ ਵੀ ਤੰਦਰੁਸਤੀ ਦੇਵੇ ਅਤੇ ਆਪਾਂ ਤਾਂ ਜਿਵੇਂ ਸਾਡੇ ਬਜ਼ੁਰਗ ਸ਼ੁਰੂ ਤੋਂ ਮੱਥਾ ਟੇਕਦੇ ਆ ਰਹੇ ਆ ਉਸੇ ਤਰੀਕੇ ਨਾਲ ਹੀ ਮੱਥਾ ਟੇਕ ਲਈਦਾ ਇੱਥੇ ਅਤੇ ਜੋ ਕੰਜਕਾਂ ਖਿਲਾਉਂਦੇ ਆ ਉਹਨਾਂ ਦੀ ਆਪਦੀ ਸ਼ਰਧਾ ਹੁੰਦੀ ਆ ਬਹੁਤ ਮੰਨਦੇ ਆ ਲੋਕ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ ਚਲੋ ਜੀ ਆਪਦੀ ਆਪਦੀ ਸ਼ਰਧਾ ਆ ਅਤੇ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਦੇਵੇ ਠੀਕ ਹੈ ਜੀ ਅੱਜ ਦੇ ਵਲੋਗ ਦਾ ਐਂਡ ਇੱਥੇ ਕਰਦੇ ਹਾਂ ਆਪਾਂ ਮਿਲਦੇ ਹਾਂ ਨੈਕਸਟ ਵਲੋਗ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ਼੍ਰੀ ਅਕਾਲ ਜੀ।